ਥਾਣਾ ਸਦਰ ਬੰਗਾ ਚੋਰੀ ਦੇ ਇੱਕ ਮੁਕੱਦਮੇ ਵਿੱਚ ਪਿੰਡ ਲਸਾੜਾ ਫਲੌਰ ਦੇ ਇੱਕ ਆਰੋਪੀ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਪਿੰਡ ਕਾਮਾ ਤੋਂ ਚੋਰੀ ਕੀਤਾ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ। ਪੁੱਛਗਿੱਛ ਦੌਰਾਨ ਆਰੋਪੀ ਕੋਲੋਂ ਇੱਕ ਹੋਰ ਮੋਟਰਸਾਈਕਲ ਵੀ ਬਰਾਮਦ ਹੋਇਆ ਜੋ ਉਸ ਨੇ ਗੜਸ਼ੰਕਰ ਤੋਂ ਚੋਰੀ ਕੀਤਾ ਸੀ। ਪੁਲਿਸ ਨੇ ਆਰੋਪੀ ਨੂੰ ਦੋਨੋਂ ਮੋਟਰਸਾਈਕਲਾਂ ਸਮੇਤ ਗ੍ਰਿਫਤਾਰ ਕਰ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਬਾਂਗਾ ਸਾਹਿਬ ਡਿਵੀਜ਼ਨ ਦੇ DSP ਸਰਵਨ ਸਿੰਘ ਵੱਲੋਂ ਜਾਣਕਾਰੀ ਦਿੰਦੇ ਦੱਸਿਆ ਕਿ ASI ਸਿਕੰਦਰਪਾਲ ਹੋਣਾ ਵੱਲੋਂ ਇੱਕ ਮੁਕੱਦਮਾ ਬਰਬਿਆਨ ਜਸਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਕਰੀਹਾ ਥਾਣਾ ਸਦਰ ਨਵਾਂਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਦਰਜ ਰਜਿਸਟਰਡ ਕਰਵਾਇਆ ਗਿਆ ਕਿ ਮਿਤੀ 6 ਜੁਲਾਈ 2023 ਵਕਤ ਕਰੀਬ ਰਾਤ 10 ਵਜੇ ਦਾ ਉਹ ਸਮੇਤ ਕਮਲਜੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਕਰੀਹਾ ਨਾਲ ਆਪਣੇ ਮੋਟਰਸਾਈਕਲ ਨੰਬਰ PB 32N 5987 ਮਾਰਕਾ ਸਪਲੈਂਡਰ 'ਤੇ ਸਵਾਰ ਹੋ ਕੇ ਮੇਲਾ ਬਾਬਾ ਰੂੜੀ ਪਿੰਡ ਕਾਮਾ ਦੇਖਣ ਲਈ ਗਏ ਸਨ ਤਾਂ ਉਹਨਾਂ ਨੇ ਆਪਣਾ ਮੋਟਰਸਾਈਕਲ ਬੈਂਕ ਵਾਲੀ ਸੜਕ 'ਤੇ ਖੜ੍ਹਾ ਕਰਕੇ ਲੌਕ ਲਗਾ ਕੇ ਅੰਦਰ ਨਕਲਾਂ ਦੇਖਣ ਚਲੇ ਗਏ ਸਨ ਤਾਂ ਜਿੱਥੇ ਧਰਮਿੰਦਰ ਉਰਫ ਪਿੰਦਾ ਪੁੱਤਰ ਜੀਵਨ ਕੁਮਾਰ ਵਾਸੀ ਲਸਾੜਾ ਥਾਣਾ ਫਲੌਰ ਜ਼ਿਲ੍ਹਾ ਜਲੰਧਰ ਅਤੇ ਅਲੋਨ ਵਾਸੀ ਗੜਸ਼ੰਕਰ ਜਿਨ੍ਹਾਂ ਨੂੰ ਉਹ ਪਹਿਲਾਂ ਜਾਣਦਾ ਸੀ ਉੱਥੇ ਮੇਲਾ ਦੇਖਣ ਆਏ ਸਨ ਜੋ ਮੋਟਰਸਾਈਕਲਾਂ ਪਾਸ ਖੜ੍ਹੇ ਸਨ। ਜਦੋਂ ਉਹਨਾਂ ਨੇ ਮਿਤੀ 7 ਜੁਲਾਈ 2023 ਨੂੰ ਵਕਤ ਕਰੀਬ 1 ਵਜੇ ਸਵੇਰੇ ਆਪਣੇ ਮੋਟਰਸਾਈਕਲ ਨੂੰ ਆ ਕੇ ਦੇਖਿਆ ਤਾਂ ਉਹਨਾਂ ਦਾ ਮੋਟਰਸਾਈਕਲ ਉਕਤ ਨੰਬਰੀ ਧਰਮਿੰਦਰ ਉਰਫ ਪਿੰਦਾ ਪੁੱਤਰ ਜੀਵਨ ਕੁਮਾਰ ਵਾਸੀ ਲਸਾੜਾ ਥਾਣਾ ਫਲੌਰ ਜ਼ਿਲ੍ਹਾ ਜਲੰਧਰ ਅਤੇ ਅਲੋਨ ਵਾਸੀ ਜਲੰਧਰ ਉੱਥੋਂ ਚੋਰੀ ਕਰਕੇ ਲੈ ਗਏ ਜਿਸ 'ਤੇ ASI ਸਿਕੰਦਰਪਾਲ ਹੋਣਾ ਵੱਲੋਂ ਮਿਤੀ 16 ਜੁਲਾਈ ਦਿਨ ਐਤਵਾਰ ਨੂੰ ਸ਼ਾਮ 7:45 'ਤੇ ਸ਼ਿਕਾਇਤ ਦਰਜ ਕਰਕੇ ਧਾਰਾ 379(34) IPC ਤਹਿਤ ਮੁਕੱਦਮਾ ਦਰਜ ਕਰ ਗ੍ਰਿਫਤਾਰ ਕਰ ਲਿੱਤਾ ਹੈ।